ਹੁਣ ਪਿੱਛੇ ਨਾ ਦੇਖੀਏ, ਹੁਣ ਅੱਗੇ ਵਧੀਏ, ਤਾਂ ਅਸੀਂ ਉਹਨਾਂ ਨੂੰ ਕਮੀਆਂ ਨੂੰ ਪੂਰਾ ਕਰਕੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ। ਇਸ ਵਾਰ ਸਾਡਾ ਖਜ਼ਾਨਾ ਜਿਹੜਾ ਉਹਦੇ 'ਚ GST ਦਾ ਗ੍ਰੀਨ ਦੇ ਵਿੱਚ ਅਸੀਂ ਹੈਗੇ ਹਾਂ ਕਿ ਅਸੀਂ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ GST ਜਿਹੜੀ ਹੈ ਉਹਦੇ 'ਚ ਵਾਧਾ ਹੋਇਆ। ਹਾਲਾਂਕਿ ਸੈਂਟਰ ਵੱਲੋਂ ਜਿਹੜੀ ਰਿਆਇਤ ਦਿੱਤੀ ਜਾਂਦੀ ਸੀ ਉਹ ਬੰਦ ਹੋ ਗਈ। ਸੋ ਮੈਂ ਧੰਨਵਾਦ ਕਰਦਾ ਸਾਰੇ ਮੈਂਬਰਾਂ ਦਾ ਕਿ ਭਾਵੇਂ ਉਹ ਇਸ ਸਾਈਡ 'ਤੇ ਨੇ ਭਾਵੇਂ ਇਸ ਸਾਈਡ 'ਤੇ ਨੇ ਕਿ ਉਹਨਾਂ ਨੇ ਸਰਬਸੰਮਤੀ ਨਾਲ ਬਿੱਲ ਪਾਸ ਕੀਤਾ ਜੋ ਕਿ ਸਾਡਾ ਫਰਜ਼ ਬਣਦਾ, ਕਿਉਂਕਿ ਰਾਜਨੀਤਿਕ ਤੌਰ 'ਤੇ ਵਿਰੋਧ ਕਰਨਾ ਉਹ ਕੋਈ ਹੋਰ ਗੱਲਾਂ 'ਤੇ ਕਦੇ ਫੇਰ ਕਰ ਲਾਂਗੇ। ਜਿਹੜਾ ਬਿੱਲ ਹੁਣ ਆ ਰਿਹਾ ਫਾਇਰ ਦਾ, ਇਹ ਵੀ ਬੜਾ ਇੰਪੋਰਟੈਂਟ ਬਿੱਲ ਹੈ ਜੀ, ਕਿਉਂਕਿ ਫਾਇਰ ਸੇਫਟੀ ਅਤੇ ਐਮਰਜੈਂਸੀ ਦਾ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ, ਪੁਰਾਣੇ ਰੂਲ ਚੱਲ ਰਹੇ ਨੇ, ਇੱਥੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ 'ਤੇ ਨਹੀਂ ਪਹੁੰਚ ਸਕਦੀਆਂ, ਜੇ ਪਹੁੰਚ ਗਈਆਂ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ, ਕਿਉਂਕਿ ਅੱਜ ਕੱਲ੍ਹ ਸਕਾਈ ਹਾਈ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਨ ਲੱਗ ਗਈਆਂ, ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ। ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ, ਉਸ ਪੱਧਰ ਦੀਆਂ ਗੱਡੀਆਂ ਅਸੀਂ ਫਾਇਰ ਡਿਪਾਰਟਮੈਂਟ ਨੂੰ ਦਿੱਤੀਆਂ ਨੇ। ਨੋਟ ਓਨਲੀ ਗੱਡੀਆਂ, ਛੋਟੀਆਂ ਕਸਬਿਆਂ 'ਚ ਕਈ ਵਾਰੀ ਗੱਡੀ ਨਹੀਂ ਜਾਂਦੀ, ਗਲੀਆਂ ਭੀੜੀਆਂ ਨੇ, ਤੰਗ ਨੇ, ਛੋਟੀਆਂ ਗੱਡੀਆਂ, ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਏ ਅੱਜ ਕੱਲ੍ਹ, ਕਿ ਮੋਟਰਸਾਈਕਲ ਵੀ ਉਹਦੇ ਉੱਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ, ਕਿ ਇਮੀਡੀਏਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜੇ ਉੱਥੇ ਜਿੱਥੇ ਬਿਲਕੁਲ ਹੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ। ਸੋ ਇਹ ਸਾਡਾ ਫਰਜ਼ ਹੈ ਕਿ ਅੱਜ ਦੇ ਜ਼ਮਾਨੇ 'ਚ ਸੇਫਟੀ ਵਾਸਤੇ, ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ, ਸੇਫਟੀ ਵਾਸਤੇ ਇੰਪੋਰਟੈਂਸ ਜਿਹੜੀ ਹੈ ਉਹ ਦਿੱਤੀ ਜਾਵੇ। ਇੱਕ ਹੋਰ ਬੜੀ ਅਜੀਬ ਜੀ ਗੱਲ ਹੈਗੀ ਹੈ, ਮੈਨੂੰ ਤਾਂ ਬੜੀ ਅਜੀਬ ਲੱਗੀ ਵੈਸੇ, ਅਤੇ ਉਹ ਵੀ ਇਸ ਬਿੱਲ ਦੇ ਰਾਹੀਂ ਅਸੀਂ ਸੋਧ ਕਰ ਰਹੇ ਹਾਂ। ਮੇਰੇ ਕੋਲ 3-4 ਕੁੜੀਆਂ ਆਈਆਂ ਡੇਰਾ ਬੱਸੀ ਤੋਂ ਸੀ, ਮੈਂ ਕਿਤੇ ਉੱਧਰ ਫੰਕਸ਼ਨ 'ਤੇ ਗਿਆ ਸੀ ਜੀ, ਅਤੇ ਉਹ ਰੋਣ ਲੱਗ ਗਈਆਂ। ਉਹ ਕਹਿੰਦੀਆਂ ਵੀ ਅਸੀਂ ਫਾਇਰ ਡਿਪਾਰਟਮੈਂਟ 'ਚ ਨੌਕਰੀ ਲੈਣ ਵਾਸਤੇ ਪੇਪਰ ਦਿੱਤਾ ਸੀਗਾ ਜੀ, ਅਤੇ ਥਿਊਰੀ ਦਾ ਪੇਪਰ ਅਸੀਂ ਕਲੀਅਰ ਕਰ ਲਿਆ, ਸਾਡੇ ਬਹੁਤ ਵਧੀਆ ਨੰਬਰ ਆ ਗਏ। ਅਕਸਰ ਕੁੜੀਆਂ ਦੇ ਨੰਬਰ ਜ਼ਿਆਦਾ ਹੀ ਆਉਂਦੇ ਜੇ ਆਪਾਂ ਦੇਖੀਏ ਹਿਸਟਰੀ ਦਾ, 10ਵੀਂ 'ਚੋਂ ਵੀ ਕੁੜੀਆਂ ਫਸਟ ਪੰਜਾਬ 'ਚੋਂ, 12ਵੀਂ 'ਚੋਂ ਵੀ ਕੁੜੀਆਂ ਫਸਟ, BA 'ਚੋਂ ਵੀ, MA 'ਚੋਂ ਵੀ। ਸੋ ਲਿਖਤੀ ਟੈਸਟ ਪਾਸ ਕਰ ਲਿਆ, ਪਰ ਉਹ ਕਹਿੰਦੀ ਸਾਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਫਿਜ਼ੀਕਲ ਟੈਸਟ 'ਚ ਅਸੀਂ ਫੇਲ ਹੋ ਗਏ ਹਾਂ। ਮੈਂ ਕਿਹਾ ਵੀ ਕਿਉਂ ਫੇਲ ਹੋ ਗਏ ਹਾਂ? ਉਹ ਕਹਿੰਦੀ ਜੀ ਪਤਾ ਨਹੀਂ ਕਿੱਦੋਂ ਦੇ ਰੂਲ ਬਣਾਏ ਹੋਏ ਨੇ, ਪਤਾ ਨਹੀਂ ਕਿਹੜੇ ਬਾਬਾ ਆਦਮਬਿਲ ਦੇ ਰੂਲ ਬਣੇ ਹੋਏ ਨੇ, ਕਿ ਇੱਕੋ ਹੀ ਉਹ 'ਚ ਰੂਲ ਨੇ ਕਿ 60 ਕਿਲੋ ਦੀ ਬੋਰੀ ਮੁੰਡਾ ਵੀ ਚੱਕ ਕੇ ਦਿਖਾਊਗਾ ਫਿਰ ਭੱਜੂਗਾ, ਐਂ ਭੱਜਿਆ ਆਊਗਾ, ਬੋਰੀ ਚੱਕੂਗਾ 60 ਕਿਲੋ ਦੀ, ਉਹਨੂੰ ਆਪਣੇ ਮੋਢੇ 'ਤੇ ਰੱਖੂਗਾ ਅਤੇ ਫਿਰ ਅੱਗੇ ਨਿਕਲ ਜੂਗਾ। 60 ਕਿਲੋ ਦੀ ਬੋਰੀ ਕੁੜੀ ਨੇ ਚੱਕਣੀ ਹੈ। ਉਹ ਕਹਿੰਦੇ ਸਾਡੇ ਓਲੰਪਿਕ ਦੇ ਰਿਕਾਰਡ ਹੋਰ ਨੇ, 100 ਮੀਟਰ ਦੇ ਮੁੰਡਿਆਂ ਦੇ ਰਿਕਾਰਡ ਹੋਰ ਨੇ, ਕੁੜੀਆਂ ਦੇ ਹੋਰ ਨੇ, 400 ਮੀਟਰ ਦੇ ਕੁੜੀਆਂ ਦੇ ਰਿਕਾਰਡ ਹੋਰ ਨੇ, ਮੁੰਡਿਆਂ ਦੇ ਹੋਰ ਨੇ। ਸੋ ਕਿ ਸਾਡਾ ਇੱਦਾਂ ਕਿਵੇਂ ਹੋ ਸਕਦਾ ਕਿ ਅਸੀਂ 60 ਕਿਲੋ ਦੀ ਬੋਰੀ ਚੱਕਣੀ ਹੈ, ਅਤੇ ਵਾਈ ਓਨਲੀ 60 ਕਿਲੋ ਹੀ? ਫਿਰ ਇਹ ਕਿਹਨੇ ਲਿਖਤਾ ਜੀ?
ਕਿ ਜਿਹੜਾ ਅੰਦਰ ਬੈਠਾ ਜੇ ਕੋਈ ਅੱਗ ਲੱਗ ਗਈ ਅੰਦਰ 60 ਕਿਲੋ ਦਾ ਵੀ ਬੰਦਾ ਬੈਠਾ ਹੋਊਗਾ ਬਸ। ਜੇ ਪਹਿਲਾਂ 70 ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਚੱਕ ਸਕਦਾ ਜੀ, ਜੇ 80 ਦਾ ਹੋਇਆ ਫਿਰ ਕੀ ਕਰੋਗੇ ਜੀ। ਸੋ ਇਕੱਲੀ ਥੋੜ੍ਹੀ ਜਾਊਗੀ ਉਹ ਕੁੜੀ, ਜੇ ਕੋਈ ਐਮਰਜੈਂਸੀ ਇੱਦਾਂ ਦੀ ਆਉਂਦੀ ਹੈ ਤਾਂ ਨਾਲ ਮੁੰਡੇ ਵੀ ਜਾਣਗੇ ਜਿਹੜੇ ਉਹਦੇ ਸਟਾਫ ਮੈਂਬਰ ਕੁਲੀਗ ਮੈਂਬਰ ਹੋਣਗੇ। ਤਾਂ ਇਹ ਤਾਂ ਮੈਨੂੰ ਲੱਗਿਆ ਕਿ ਬਦਲ ਦੇਣਾ ਚਾਹੀਦਾ। ਦੇਸ਼ ਦੇ ਵਿੱਚ ਕਿਤੇ ਵੀ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ ਜੀ, ਇੱਦਾਂ ਦੇ ਰੂਲ ਬਣਾ ਰੱਖੇ ਨੇ। ਅੱਜ ਕੱਲ੍ਹ ਕਿਹੜਾ ਫੀਲਡ ਹੈ ਜਿੱਥੇ ਕੁੜੀਆਂ ਨਹੀਂ ਮਤਲਬ ਜਾ ਸਕਦੀਆਂ ਜਾਂ ਕੰਮ ਕਰ ਸਕਦੀਆਂ ਨੇ ਜਾਂ ਮੈਡਲ ਜਿੱਤ ਸਕਦੀਆਂ ਨੇ ਜਾਂ ਸੁਨੀਤਾ ਵਿਲੀਅਮ ਵਰਗੀਆਂ ਅੰਬਰਾਂ 'ਚ ਗਈਆਂ ਹੋਈਆਂ? ਤਾਂ ਕੋਈ ਇੱਦਾਂ ਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਸ ਤਰ੍ਹਾਂ ਦਾ ਰੂਲ ਐਂ ਲੱਗਦਾ ਜਿਵੇਂ ਅਸੀਂ ਅਪਡੇਟ ਹੀ ਨਹੀਂ ਹੋਏ। ਸੋ ਅਸੀਂ ਉਹਨਾਂ ਦੇ ਜਿਹੜੇ ਨੋਰਮਸ ਨੇ ਉਹਨਾਂ ਨੂੰ ਸੌਖੇ ਕਰ ਰਹੇ ਹਾਂ ਅਤੇ ਕੁੜੀਆਂ ਲਈ 40 ਕਿਲੋ ਦੀ ਬੋਰੀ ਦਾ ਜਾਂ ਵੀ ਜੋ ਵੀ ਉਹਨਾਂ ਦੇ ਟੈਸਟ ਨੇ ਉਹ ਕੁੜੀਆਂ ਦੇ ਮੁਤਾਬਕ ਉਹਨਾਂ ਦੇ ਜੋ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਉਹਦੇ ਮੁਤਾਬਕ ਅਸੀਂ ਨੋਰਮਸ ਜਿਹੜੇ ਨੇ ਉਹ ਬਦਲ ਰਹੇ ਹਾਂ। ਅਤੇ ਪਹਿਲੀ ਵਾਰ ਹੋਊਗਾ ਸਰ, ਪੰਜਾਬ ਪਹਿਲਾ ਸੂਬਾ ਹੋਊਗਾ ਕਿ ਜਿਹੜੇ ਸੂਬੇ ਨੇ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ। ਇਹਦੇ ਵਿੱਚ ਅਸੀਂ ਬਦਲਣ ਲੱਗੇ ਹਾਂ ਸਰ, ਕਿਉਂਕਿ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ, ਰੂਲ ਅਸੀਂ ਚੱਲੀ ਜਾਂਦੇ ਨੇ, ਧੂੜਾਂ ਜੰਮ ਗਈਆਂ ਫਾਈਲਾਂ 'ਤੇ, ਕਿਸੇ ਨੇ ਝਾੜੀਆਂ ਹੀ ਨਹੀਂ। ਸੋ ਇਸ ਕਰਕੇ ਬਹੁਤ ਸਾਰੀਆਂ ਧੂੜਾਂ ਝਾੜਨ ਵਾਲੀਆਂ ਨੇ ਜੀ ਅਜੇ ਫਾਈਲਾਂ ਤੋਂ। ਕੁਛ ਨਵੇਂ ਰੂਲ, ਨਵੀਆਂ ਤਰੀਕੇ ਕੰਮ ਕਰਨ ਦੇ ਨਵੇਂ ਤਰੀਕੇ ਆ ਗਏ। ਦੇਖੋ ਜੇ ਮੈਂ ਖੇਤੀ ਦੀ ਗੱਲ ਕਰਾਂ, ਅੱਜ ਕੱਲ੍ਹ ਫਸਲ ਬੀਜਣ ਦੇ, ਇੱਕੋ ਫਸਲ ਨੂੰ ਬੀਜਣ ਦੇ 4-4 ਤਰੀਕੇ ਨੇ ਜੀ। ਕੋਈ ਕੰਪਿਊਟਰ ਨਾਲ ਬੀਜਦਾ, ਕੋਈ ਸਿੱਧਾ ਬੀਜਦਾ ਡਾਇਰੈਕਟ, ਕੋਈ ਪਾਣੀ ਛੱਡ ਕੇ ਬੀਜਦਾ, ਕੋਈ ਪਹਿਲਾਂ ਪਾਣੀ ਛੱਡ ਕੇ ਰੌਣੀ ਕਰਕੇ ਬੀਜਦਾ। ਫਸਲ ਇੱਕੋ ਹੀ ਹੈ ਜੀ। ਫਿਰ ਉਸ ਫਸਲ 'ਤੇ ਸਪਰੇ ਕਰਨ ਦੇ 4-4 ਤਰੀਕੇ ਨੇ ਜੀ। ਕੋਈ ਡਰੋਨ ਰਾਹੀਂ ਕਰਾਉਂਦਾ, ਕੋਈ ਸਿੱਧੀ ਕਰਦਾ, ਕੋਈ ਖਾਲ ਦੇ ਵਿੱਚ ਹੀ ਰੱਖ ਦਿੰਦਾ, ਤੁਪਕਾ ਉਹ 'ਚ ਜਾਈ ਜਾਂਦਾ। ਸਰ ਤਰੀਕੇ ਬਦਲ ਗਏ, ਮਾਰਕੀਟਿੰਗ ਦੇ ਤਰੀਕੇ ਬਦਲ ਗਏ ਜੀ। ਹੁਣ ਤੁਹਾਨੂੰ ਪਹਿਲਾਂ ਆਪਾਂ ਨੂੰ ਜਾਣਾ ਪੈਂਦਾ ਸੀ ਵੀ ਆਹ ਚੀਜ਼ ਮੰਗਾਈਏ, ਹੁਣ ਜੋ ਮਰਜ਼ੀ ਔਡਰ ਕਰੋ ਜੀ ਤੁਹਾਡੇ ਘਰ ਆ ਜਾਂਦਾ ਜੀ। ਵੀ ਨਾਲ ਇਹ ਵੀ ਨਹੀਂ ਕਿ ਘਰ ਆਉਂਦਾ, ਨਾਲ ਇਹ ਵੀ ਦੇਖ ਸਕਦੇ ਹੋ ਕਿੱਥੇ ਜੇ ਆਉਂਦਾ, ਕਿ ਕਿੱਥੇ ਜੇ ਪਹੁੰਚ ਗਿਆ, ਹੁਣ ਆਹ ਮੋੜ ਆ ਗਿਆ, ਹੁਣ ਆਹ ਮੋੜ 'ਤੇ ਆ ਗਿਆ। ਸੋ ਜੇ ਇੰਨਾ ਦੁਨੀਆ ਅਪਡੇਟ ਹੋ ਗਈ ਤਾਂ ਸਾਨੂੰ ਸਰਕਾਰਾਂ ਨੂੰ ਵੀ ਅਪਡੇਟ ਕਰਨਾ ਪਊ। ਇਸੇ ਕਰਕੇ ਹਰ ਸਰਕਾਰੀ ਜਿਹਦੇ ਨਾਮ ਨਾਲ ਸਰਕਾਰੀ ਲੱਗ ਜੇ ਉਸ ਅਦਾਰੇ 'ਤੇ ਜਾਂ ਉਸ ਸੰਸਥਾ 'ਤੇ ਯਕੀਨ ਹੀ ਹਟ ਗਿਆ ਲੋਕਾਂ ਦਾ, ਕਹਿੰਦਾ ਸਰਕਾਰੀ ਇਹਦਾ ਕੀ ਹੈ, ਸਰਕਾਰੀ ਬੱਸ 'ਚ ਚੜ੍ਹ ਕੇ ਰਾਜ ਨਹੀਂ ਅਸੀਂ, ਉਹ ਸਰਕਾਰੀ ਹੈ ਇਹਦਾ ਕੀ ਪਤਾ ਕਦੋਂ ਖੜ ਜੇ, ਕਿਉਂਕਿ ਬੜੇ ਅਪਡੇਟ ਕੀਤੀਆਂ ਹੀ ਨਹੀਂ ਬੱਸਾਂ। ਮੂਰਲਾ ਪਾਸਾ ਕਿਤੇ ਹੋਰ ਨੂੰ ਜਾਂਦਾ ਹੁੰਦਾ, ਪਿਛਲੇ ਪਾਸੋਂ ਇੱਧਰ ਨੂੰ ਆਉਂਦੀ ਹੁੰਦੀ ਹੈ, ਸਮਝ ਨਹੀਂ ਆਉਂਦੀ ਇਹ ਜਾਂਦੀ ਹੈ ਜਾਂ ਆਉਂਦੀ ਹੈ, ਹੈ ਨਾ। ਸੋ ਕਿਉਂਕਿ ਅਪਡੇਟ ਹੀ ਨਹੀਂ ਕੀਤੀਆਂ, ਗਾਣੇ ਬੜੇ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ, ਠੀਕ ਹੈ ਜੀ। ਫਿਰ ਸਰਕਾਰੀ ਹਸਪਤਾਲ ਜਾ ਕੇ ਅਸੀਂ ਰਾਜੀ ਨਹੀਂ, ਕਿਉਂਕਿ ਉੱਥੇ ਕਬੂਤਰ ਫਿਰਦੇ MRI ਵਾਲੀਆਂ ਮਸ਼ੀਨਾਂ 'ਚ, ਐਕਸਰੇ ਵਾਲੀਆਂ ਮਸ਼ੀਨਾਂ 'ਚ। ਕਹਿੰਦੇ ਯਾਰ ਜ਼ਿੰਦਗੀ ਦਾ ਸਵਾਲ ਹੈ, ਆਪਾਂ ਇੱਥੇ ਕਿਉਂ ਜਾਈਏ। ਫਿਰ ਕੋਈ ਸਰਕਾਰੀ ਮਤਲਬ ਹੋਵੇ ਵੀ ਆਹ ਸਰਕਾਰੀ ਫੀਸ ਹੈ, ਆਹ ਸਰਕਾਰੀ ਕੰਮ, ਨਾ ਨੌਕਰੀ ਤੋਂ ਬਿਨਾਂ ਹੋਰ ਕੁਛ ਸਰਕਾਰੀ ਨਹੀਂ ਚਾਹੀਦਾ ਸਾਨੂੰ। ਹਾਂ ਨੌਕਰੀ ਸਰਕਾਰੀ ਚਾਹੀਦੀ ਹੈ, ਕਿਉਂਕਿ ਨੌਕਰੀ 'ਚ ਨਾ ਸਰਕਾਰ ਛੋਟ ਹੀ ਦਿੰਦੀ ਹੈ ਗਾਹਾਂ ਪੀੜ੍ਹੀਆਂ ਤੱਕ, ਉਹਨਾਂ ਦੇ ਬੱਚਿਆਂ ਤੱਕ। ਸੋ ਇਸ ਕਰਕੇ ਅੱਜ ਮੈਂ ਖੇਤੀਬਾੜੀ ਦੀ ਗੱਲ ਚੱਲਦੀ ਹੈ, ਕੱਲ੍ਹ ਮਾਣਯੋਗ ਸਾਡੇ ਜਾਖੜ ਸਾਹਿਬ ਨੇ
ਉਹਨਾਂ DAP ਦੀ ਗੱਲ ਕੀਤੀ ਸੀ। ਮੈਂ ਉਹਨਾਂ ਦੇ ਜਿਹੜੇ ਮਿਨਿਸਟਰ ਨੇ JP ਨੱਡਾ ਜੀ, ਮੈਂ ਉਹਨਾਂ ਨਾਲ ਗੱਲ ਕੀਤੀ ਫੋਨ 'ਤੇ। ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 120 ਲੱਖ ਮੀਟ੍ਰਿਕ ਟਨ ਦਿੰਦੇ ਹਾਂ, ਕਿਉਂ ਕਣਕ ਆਪਾਂ ਘੱਟ ਦਿੰਦੇ ਹਾਂ ਕਿਉਂਕਿ ਕਣਕ ਆਪਣੀ ਖੁਰਾਕ ਹੈ। ਬਹੁਤ ਸਾਰੀ ਕਣਕ ਘਰ ਵੀ ਰੱਖ ਲੈਂਦੇ ਹਾਂ ਆਪਾਂ ਸਾਰੇ ਸਾਲ ਵਾਸਤੇ, ਜਾਂ ਆਪਣੇ ਜਿਹੜੇ ਸੀਰੀ ਸਾਂਝੀ ਨੇ ਜਾਂ ਜਿਹੜੇ ਆਪਣੇ ਕੰਮ ਕਰਦੇ ਆ ਉਹਨਾਂ ਲਈ ਵੀ ਕਣਕ ਰੱਖ ਲੈਂਦੇ ਹਾਂ ਆਪਾਂ, ਕਣਕ ਘੱਟ ਜਾਂਦੀ। ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ, ਝੋਨਾ ਤਾਂ 99% ਹੀ ਜਾਂਦਾ। ਸੋ ਮੈਂ ਕਿਹਾ ਜੀ ਸੈਂਟਰ ਪੂਲ 'ਚ 120 ਲੱਖ ਮੀਟ੍ਰਿਕ ਟਨ ਅਸੀਂ ਤੁਹਾਨੂੰ ਦੇਵਾਂਗੇ, ਅਤੇ ਸਾਨੂੰ ਤੁਸੀਂ ਹਜੇ ਤੱਕ DAP ਦਾ ਅਗਸਤ ਵਾਲਾ ਕੁੱਟ ਨਹੀਂ ਦਿੱਤਾ, ਅਸੀਂ ਕਿਵੇਂ ਬੀਜਾਂਗੇ ਜਨਾਬ? ਫਿਰ ਤੁਸੀਂ ਮੈਥੋਂ ਇਹ ਨਾ ਕਿਹੋ ਕਿ ਮੈਂ PDS ਵਾਸਤੇ ਹੈ ਨਹੀਂ, ਮੇਰੇ ਕੋਲ ਦਾਣੇ ਹੈ ਨਹੀਂ, ਇੰਨੀ ਤਾਂ ਅਸੀਂ ਉਗਾਲਾਂਗੇ ਕਿ ਸਾਡੇ ਖਾਣ ਜੋਗੀ ਹੈਗੀ ਹੈ ਜਾਂ ਵੇਚਣ ਜੋਗੀ, ਇੰਨੀ ਕੁ ਤਾਂ ਕਰ ਲਾਂਗੇ। ਪਰ ਤੁਸੀਂ ਘੱਟੋ ਘੱਟ ਆਪਣਾ ਤਾਂ ਤੁਸੀਂ ਸੈਂਟਰ ਆਪਦਾ, ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ, ਸਾਨੂੰ ਤਾਂ ਦਿਓ ਨਾ ਤੁਸੀਂ, ਫਿਰ ਹੀ ਅਸੀਂ ਤੁਹਾਨੂੰ ਸੈਂਟਰ ਪੂਲ 'ਚ ਦੇਵਾਂਗੇ ਨਾ। ਤਾਂ ਉਹਨਾਂ ਨੇ ਕਿਹਾ, ਮੈਂ ਅਫਸਰ ਬੁਲਾਏ, ਉਹਨਾਂ ਨੇ ਆਪਣੇ ਫੋਨ 'ਤੇ ਹੋਲਡ ਕਰਕੇ ਕਿਹਾ, ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ, ਤੁਸੀਂ ਆਪਣੇ ਅਫਸਰ ਭੇਜੋ। ਤਾਂ ਕਰਕੇ ਕੈਪਸਨਾ ਜਿਹੜੇ ਸਾਡੇ ਅਫਸਰ ਨੇ, ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ। ਜਾਖੜ ਸਾਹਿਬ, ਇੱਕ ਤੁਸੀਂ ਵੀ ਅਤੇ ਤੁਹਾਡੇ ਚਾਚਾ ਜੀ ਨੂੰ ਵੀ ਕਹਿ ਦਿਓ, ਉਹ ਵੀ ਇੱਕ ਇੰਟਰਵਿਊ 'ਚ ਕਹਿ ਰਹੇ ਸੀਗੇ, ਲਿਟਲ ਨੌਲੇਜ ਇਜ਼ ਟੂ ਡੇਂਜਰਸ, ਹੈ ਨਾ। ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ, ਫੋਨ 'ਤੇ ਗੱਲ ਹੋ ਗਈ। ਤਾਂ ਉਹਨਾਂ ਨੇ ਕਿਹਾ, ਮੈਨੂੰ ਅਫਸਰ ਭੇਜੋ, ਮੇਰੇ ਅਫਸਰਾਂ ਕੋਲ ਮਿਲਾਓ ਅਤੇ ਤੁਹਾਡਾ ਕੰਮ ਹੋ ਜੂਗਾ। ਸਾਡੇ ਅਫਸਰ ਬੈਠੇ ਨੇ, ਮੈਂ ਤੁਹਾਨੂੰ ਦੱਸ ਸਕਦਾ। ਅਤੇ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ DAP ਦਾ ਉਹ ਪੂਰਾ ਹੋਊਗਾ। ਉਹ ਕਹੇ ਸੀ ਸੁਪਰਫਾਸਟ, ਮੈਂ ਕਿਹਾ ਦੇਖੋ ਸੁਪਰ ਜਿਹੜੀ ਆ ਦੂਜੀ ਹੈ SP ਹੈ, ਉਹਦੇ 'ਚ 1.5 ਬੋਰੀ ਲੱਗਦੀ ਹੈ। ਮੈਂ ਕਿਹਾ ਜੀ ਬਦਲ ਤਾਂ ਹੈਗਾ ਉਹ, ਪਰ ਜੇ ਤੁਹਾਡੇ ਕੋਲ DAP ਹੈਗਾ, ਸਾਨੂੰ DAP ਦਿਓ ਨਾ, ਸਾਨੂੰ ਆਦਤ, ਸਾਡੇ DAP ਹੈ, ਸਾਡੇ ਮਾਇੰਡ 'ਚ DAP ਹੈ, ਠੀਕ ਹੈ ਨਾ। ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ, DAP ਬਿਲਕੁਲ ਪ੍ਰੋਪਰ ਮਿਲੂਗਾ, ਕੋਈ DAP ਦੀ ਘਾਟ ਨਹੀਂ ਰਹੂਗੀ। ਬਸ ਹੈ ਜੀ ਆਉਣੀ ਸ਼ੁਰੂ ਹੋ ਗਈ, ਕਿਉਂਕਿ ਇਮੀਡੀਏਟ ਇਲੈਕਸ਼ਨ ਹੋ ਗਿਆ। ਸੋ ਨੰਬਰ 2 'ਤੇ ਜਿਹੜਾ ਜਿਵੇਂ ਬੈਟ ਦਾ ਕਿਹਾ ਇਹਨਾਂ ਨੇ, ਬੈਟ ਦੇ ਵਿੱਚ ਜਿਹੜਾ OTS ਹੈ ਉਹ ਬੜਾ ਕਾਮਯਾਬ ਰਿਹਾ। ਅਸੀਂ ਪਹਿਲਾਂ ਵਾਲੇ OTS ਦੇਖੇ, ਦੋ OTS ਚੰਨੀ ਸਰਕਾਰ ਨੇ ਜਿਹੜੇ ਜਾਰੀ ਕੀਤੇ ਸੀ, ਕੈਪਟਨ ਸਰਕਾਰ ਨੇ ਵੀ, ਚੰਨੀ ਸਰਕਾਰ ਨੇ, ਤਾਂ ਦੋਨੇ ਉਹ ਫਲੋਪ ਹੋ ਗਏ ਸੀਗੇ, ਕੋਈ ਨਹੀਂ ਉਹਦੇ 'ਚ ਆਇਆ। ਅਸੀਂ ਉਹਦਾ ਕਾਰਨ ਪੁੱਛਿਆ ਵੀ ਕਾਰਨ ਕੀ ਹੈ ਫਲੋਪ ਹੋਣ ਦਾ, ਉਹ ਕਹਿੰਦੇ ਵੀ ਆਹ ਕਾਰਨ। ਫਿਰ ਅਸੀਂ ਉਹਦੀਆਂ ਜਿਹੜੀਆਂ ਕਮੀਆਂ ਸੀ ਉਹ ਪੂਰੀਆਂ ਕੀਤੀਆਂ, 164 ਕਰੋੜ ਰੁਪਈਆ OTS ਵੈਟ ਦੇ OTS ਕਰਕੇ, ਨਾਲੇ ਤਾਂ ਲੋਕਾਂ ਦੇ ਸਿਰਾਂ ਤੋਂ, ਵਪਾਰੀਆਂ ਦੇ ਸਿਰਾਂ ਤੋਂ ਤਲਵਾਰ ਹਟੀ, ਜਿਹੜੀ OTS ਹਜੇ ਵੈਟ ਦੀ ਤਲਵਾਰ ਲਟਕੀ ਜਾਂਦੀ ਸੀ, ਨਾਲੇ ਤਾਂ ਉਹ ਹਟ ਗਈ, ਅਤੇ ਨਾਲੇ 164 ਕਰੋੜ ਰੁਪਇਆ ਖਜ਼ਾਨੇ 'ਚ ਆ ਗਿਆ। ਇਸ ਤਰ੍ਹਾਂ ਕਈ ਵਾਰੀ ਕੁਛ ਘਟਾਉਣ ਨਾਲ ਵੀ ਕੁਛ ਵਾਧੇ ਹੋ ਜਾਂਦੇ ਨੇ। ਸੋ ਇਸ ਕਰਕੇ ਇਹ ਜਿਹੜਾ GST ਵਾਲਾ OTS ਵਾਲਾ, ਹੁਣ ਅਗਲਾ ਵੀ OTS ਇੱਕ ਹੋਰ ਅਸੀਂ ਵਿਚਾਰ ਕਰ ਰਹੇ ਹਾਂ ਉਹਨਾਂ ਨਾਲ, ਉਹ ਵੀ ਕਰਾਂਗੇ। ਹੁਣ ਮੈਂ ਆਉਣਾ ਜੀ ਖੇਤੀਬਾੜੀ 'ਤੇ। ਖੇਤੀ ਦੀ ਪੋਲਿਸੀ ਬਿਲਕੁਲ ਰੈਡੀ ਹੈ, ਬਿਲਕੁਲ ਪਰਫੈਕਟ। ਬਹੁਤ ਸਾਰੇ ਮਾਹਰਾਂ ਨੂੰ ਅਸੀਂ ਬੁਲਾਇਆ, PAU 'ਚੋਂ ਬੁਲਾਇਆ, ਹੋਰ ਖੇਤੀ ਨਾਲ ਐਕਸਪਰਟ ਜਿਹੜੇ ਲੋਕ ਨੇ, ਅਸੀਂ ਆਪਣੀ ਪੰਜਾਬ ਦੀ ਖੇਤੀ ਨੀਤੀ ਜਿਹੜੀ ਹੈ ਉਹ ਰੈਡੀ ਹੈ ਆਲਮੋਸਟ, ਪਰ ਅਸੀਂ ਪੰਜਾਬ ਦੇ ਸਟੇਕ ਹੋਲਡਰਸ ਨਾਲ ਗੱਲ ਕਰਾਂਗੇ, ਔਰ ਜਿੰਨੀਆਂ ਵੀ ਕੋਈ ਯੂਨੀਅਨਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਸੰਸਥਾਵਾਂ ਨੇ ਜਾਂ ਖੇਤੀ ਨਾਲ ਸੰਬੰਧਿਤ ਜਿਹੜੇ ਮਹਿਕਮੇ 'ਚ ਜਾਂ ਕਿਤੇ ਹੋਰ ਬੁੱਧੀਜੀਵੀ ਨੇ, ਉਹਨਾਂ ਸਾਰਿਆਂ ਨੂੰ ਬੁਲਾਵਾਂਗੇ। ਬੁਲਾ ਕੇ ਮੈਂ ਇਸੇ ਤਰ੍ਹਾਂ ਅਸੀਂ ਇੰਡਸਟਰੀਅਲ ਪੋਲਿਸੀ ਲਾਗੂ ਕੀਤੀ ਸੀ, ਇਸੇ ਤਰ੍ਹਾਂ ਅਸੀਂ ਟਰਾਂਸਪੋਰਟ ਦਾ ਵੀ ਸਾਰਿਆਂ ਨੂੰ ਬੁਲਾਇਆ ਸੀਗਾ। ਸੋ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਵੇਂ ਕਰਨਾ, ਕਿਉਂਕਿ ਦੇਖੋ ਜਿੱਥੇ ਸਮੱਸਿਆ ਉੱਥੇ ਹੱਲ ਹੈ। ਹੋ ਸਕਦਾ ਉਹ ਸਮੱਸਿਆ ਇੱਥੇ ਬੈਠੇ ਬਾਬੂਆਂ ਨੂੰ ਨਾ ਪਤਾ ਲੱਗਦੀ ਹੋਵੇ, ਜਿਹੜੀ ਖੇਤ ਵਾਲੇ ਨੱਕੇ 'ਤੇ ਬਹਿ ਕੇ ਪਤਾ ਲੱਗਦੀ ਹੈ। ਸੋ ਇਸ ਕਰਕੇ
ਉਹਨਾਂ ਨੂੰ ਬੁਲਾਵਾਂਗੇ, ਸਟੇਕ ਹੋਲਡਰ ਨੂੰ ਬੁਲਾਵਾਂਗੇ, ਅਸੀਂ ਕਿਸਾਨ ਮਿਲ ਨਹੀਂ ਕਰ ਲੈਂਦੇ ਹੁੰਦੇ ਹਾਂ, ਅਸੀਂ ਇੱਕ ਹਫ਼ਤੇ ਦੀ ਮੋਹਲਤ ਦਿੰਦੇ ਹਾਂ, ਇੱਕ ਹਫ਼ਤੇ ਦੇ ਨੋਟਿਸ 'ਤੇ ਅਸੀਂ ਸਪੀਕਰ ਸਾਹਿਬ PAU 'ਚ ਕਿਸਾਨ ਮਿਲ ਨਹੀਂ ਕਰ ਲੈਂਦੇ ਕਿ ਜਦੋਂ ਗੱਲ ਕਰਨੀ ਹੈ ਕਿਸੇ ਕਿਸਾਨਾਂ ਨਾਲ ਕੋਈ ਰਾਏ ਲੈਣੀ ਹੈ, 15,000 ਤੋਂ ਵੱਧ ਕਿਸਾਨ ਉੱਥੇ ਆ ਕੇ ਆਪਣੇ ਰਾਏ ਦੇਣ ਲੱਗ ਜਾਂਦੇ, 15,000 ਤੋਂ ਵੱਧ ਸਟੋਲ ਲਾ ਲੈਂਦੇ, ਅਸੀਂ ਸਰੋਂ ਵਾਲੇ ਇੱਧਰ ਆ ਜਾਓ, ਮੱਕੀ ਵਾਲੇ ਇੱਧਰ ਆ ਜਾਓ, ਬਾਸਮਤੀ ਵਾਲੇ ਇੱਧਰ ਆ ਜਾਓ, ਅਮਰੂਦਾਂ ਵਾਲੇ ਇੱਧਰ ਆ ਜਾਓ, ਬਾਗਾਂ ਵਾਲੇ ਇੱਧਰ ਆ ਜਾਓ। ਸੋ ਬੜਾ ਵਧੀਆ ਦੋ ਵਾਰੀ ਅਸੀਂ ਕੀਤਾ, ਤੀਜੀ ਵਾਰ ਫਿਰ ਕਰ ਲਾਂਗੇ, ਕਿਉਂਕਿ ਜਿਹੜੀ ਵੀ ਕੋਈ ਨੀਤੀ ਹੈ, ਮੇਰਾ ਪਹਿਲੇ ਦਿਨੋਂ ਮੈਂ ਇਸ ਪੱਖ 'ਚ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਪੁੱਛ ਕੇ ਬਣਾਉਣੀਆਂ ਚਾਹੀਦੀਆਂ। ਬਾਬੂਆਂ ਨੂੰ ਨਹੀਂ ਪਤਾ ਹੋ ਸਕਦਾ ਸਰ, ਉਹ ਚਿੱਟੇ ਟਾਵਲ ਵਾਲੀਆਂ ਕੁਰਸੀਆਂ 'ਤੇ ਬਹਿ ਕੇ ਏਸੀ ਉਹ ਨਹੀਂ ਸਮਝ ਸਕਦੇ ਗਰਾਊਂਡ ਰਿਐਲਿਟੀਆਂ ਨੂੰ, ਉਹ ਫਰਕ ਹੁੰਦਾ, ਲੋਕ ਕੁਛ ਹੋਰ ਚਾਹੁੰਦੇ ਹੁੰਦੇ ਨੇ। ਅਤੇ ਆਹੀ ਮੈਂ ਇੱਕ ਇਗਜ਼ਾਮਪਲ ਦੇ ਦਿੰਦਾ ਮੋਦੀ ਸਰਕਾਰ ਦੀ, ਕਿਹਨੂੰ ਪੁੱਛ ਕੇ ਬਣਾ ਦਿੱਤੇ 3 ਕਾਨੂੰਨ, ਕਿੱਥੇ ਕਦੋਂ ਕਦੋਂ ਕੋਈ ਅੰਦੋਲਨ ਹੋਇਆ ਸੀਗਾ ਜੀ ਦੇਸ਼ 'ਚ ਕਿ ਆਹ ਕਾਨੂੰਨ ਬਣਾਓ, ਨਹੀਂ ਤਾਂ ਬਚਦੇ ਨਹੀਂ ਅਸੀਂ, ਬਸ ਉਹ ਬਾਬੂਆਂ ਨੇ ਮਰਵਾਤੇ, ਇਹ ਬਹੁਤ ਵਧੀਆ ਨੇ ਜੀ, ਬਹੁਤ ਵਧੀਆ ਨੇ, ਐਂ ਕਹਿ ਕੇ ਕਰਤਾ। ਉਹਨਾਂ ਨੂੰ ਪੁੱਛਿਆ ਨਹੀਂ ਜਿਹਨਾਂ 'ਤੇ ਅਸਰ ਪੈਣਾ ਸੀ, ਮੁੜ ਕੇ ਸਾਲ ਤੱਕ ਚਲੋ ਕੱਟ ਗਏ, ਆਪਦੀ ਹੈਗੀ ਉਹਨਾਂ ਦੀ ਡਿਕਟੇਟਰਸ਼ਿਪ ਦੀ ਆਦਤ, ਸਾਲ ਕੁ ਬਾਅਦ ਫਿਰ ਝੁਕਣਾ ਪੈ ਗਿਆ ਨਾ ਜੀ ਕਿ ਮੈਂ ਵਾਪਸ ਲੈਣਾ। ਜੇ ਪਹਿਲੀ ਪੁੱਛ ਲੈਂਦੇ, ਜੇ ਪਹਿਲੀ ਸਟੇਕ ਹੋਲਡਰ ਨਾਲ ਗੱਲ ਕਰਨ ਦੇ, ਇਹ ਨੌਬਤ ਹੀ ਨਹੀਂ ਆਉਣੀ ਸੀ, ਨਾਲੇ ਹਰਸਿਮਰਤ ਦੀ ਕੁਰਸੀ ਬਚ ਜਾਂਦੀ, ਨਾਲੇ ਵਿਚਾਰੀ ਹੋਰ ਬਲੀ ਲੈ ਲਈ ਵਿੱਚ। ਸੋ ਇਸ ਕਰਕੇ ਕਈ ਵਾਰ ਸਰਕਾਰਾਂ ਪੋਲਸੀਆਂ ਬਣਾ ਦਿੰਦੀਆਂ ਨੇ, ਪਰ ਉਹ ਜਦੋਂ ਧਰਤੀ 'ਤੇ ਆਉਂਦੀਆਂ ਨੇ ਗੱਲ ਹੀ ਹੋਰ ਹੁੰਦੀ ਹੈ। ਸੋ ਅਸੀਂ ਇੰਡਸਟਰੀਅਲ ਪੋਲਸੀ ਬਣਾਈ ਹੈ, ਫਿਰ ਇੱਕ ਹੋਰ ਹੈ ਜੀ, ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ। ਕਈ ਵਾਰੀ ਪੋਲਸੀ ਬਣ ਗਈ, ਲਾਗੂ ਕੀਤੀ, ਤਾਂ ਉਹ 'ਚ ਕੁਛ ਕਮੀਆਂ ਨਜ਼ਰ ਆਈਆਂ, ਤਾਂ ਸਟੇਕ ਹੋਲਡਰ ਨੂੰ ਪੁੱਛਿਆ, ਉਹ ਕਹਿੰਦੇ ਜੀ ਆਹ ਕੱਟ ਦਿਉ, ਠੀਕ ਹੈ ਜੀ ਆਹ ਕੱਟ ਦਿੰਦੇ ਜੀ, ਤੁਹਾਨੂੰ ਚੰਗਾ ਲੱਗਣਾ ਚਾਹੀਦਾ, ਰੈਵਨਿਊ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ, ਰੁਜ਼ਗਾਰ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ, ਉਹਨਾਂ ਦੀ ਪ੍ਰੋਡਕਸ਼ਨ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ, ਕੱਟ ਦਿੰਦੇ ਜੀ। ਸੋ ਜਿਵੇਂ ਕਈ ਵਾਰ ਕਾਰਾਂ ਜਿਹੜੀਆਂ ਨੇ, ਆ ਫੋਰਡ ਵਰਗੀਆਂ ਕੰਪਨੀਆਂ ਜਿਹੜੀਆਂ ਨੇ, ਉਹਨਾਂ ਨੂੰ ਇਹੋ ਜਿਹੀਆਂ ਗਲਤੀਆਂ ਹੋਈਆਂ ਸੀ ਕਿ ਜਦੋਂ ਫੋਰਡ ਨੇ ਪਹਿਲੀ ਕਾਰ ਬਣਾਈ, ਸਰ ਤੁਹਾਨੂੰ ਪਤਾ ਕੀ ਗਲਤੀ ਰਹਿ ਗਈ, ਪਹਿਲੀ ਕਾਰ ਬਣਾਈ ਜਦੋਂ ਫੋਰਡ ਨੇ ਅਮਰੀਕਾ ਦੀ ਕੰਪਨੀ, ਬੈਕ ਗੇਅਰ ਲਾਉਣਾ ਭੁੱਲ ਗਈ ਜੀ, ਜਦੋਂ ਫਿਰ ਪਤਾ ਲੱਗਿਆ ਬੈਕ ਵੀ ਹੁਣ ਆਉਂਦੇ ਨੇ, ਫਿਰ ਸਾਰੀਆਂ ਗੱਡੀਆਂ ਰੀਕਾਲ ਕੀਤੀਆਂ ਜੀ, ਫਿਰ ਦੁਬਾਰਾ ਬੈਕ ਗੇਅਰ ਲਾ ਕੇ, ਹੈ ਨਾ। ਉਹ ਕਈ ਵਾਰੀ ਇਹੋ ਜਿਹੀਆਂ ਵੀ ਇੰਜੀਨੀਅਰ ਤੋਂ ਗਲਤੀਆਂ ਹੋ ਜਾਂਦੀਆਂ ਨੇ। ਸੋ ਅਸੀਂ ਚਾਹੁੰਦੇ ਨਹੀਂ ਕਿ ਵਾਰ ਵਾਰ ਅਸੀਂ ਇੱਕ ਹੋਰ ਕਰਨ ਲੱਗੇ ਹਾਂ, ਮੈਂ LOP ਸਾਹਿਬ ਨੂੰ ਵੀ ਇਸ ਗੱਲ ਦੀ ਜਾਣਕਾਰੀ ਦੇ ਦਿੰਦਾ, ਅਤੇ ਉਹਦੇ ਵਿੱਚ ਤੁਹਾਡੀ ਵੀ ਰਾਏ ਅਤੇ ਤੁਹਾਡੀ ਵੀ ਸ਼ਮੂਲੀਅਤ ਚਾਹਾਂਗੇ ਕਿ ਅਸੀਂ ਇੱਕ ਇੰਡਸਟਰੀਅਲ ਐਡਵਾਈਜ਼ਰੀ ਕਮਿਸ਼ਨ ਬਣਾ ਰਹੇ ਹਾਂ, ਜਿਹਦੇ ਵਿੱਚ ਹਰ ਫੀਲਡ ਦੇ ਵਿੱਚ ਬੰਦੇ ਚੁਣੇ, ਜਿਵੇਂ 25 ਕੁ ਅਸੀਂ ਸੈਕਟਰ ਜਿਹੜੇ ਨੇ 25 ਜਾਂ 26 ਉਹ ਆਈਡੈਂਟੀਫਾਈ ਕੀਤੇ ਨੇ, ਟੈਕਸਟਾਈਲ ਦੇ, ਰੀਅਲ ਸਟੇਟ ਦੇ, MSME ਦੇ, ਜਿਹੜੇ ਫਾਰਮਾਸਿਟੀਕਲ ਦੇ, ਇਸ ਤੋਂ ਇਲਾਵਾ ਚਮੜੇ ਵਾਲਿਆਂ ਦੇ, ਜਿਵੇਂ ਜਲੰਧਰ 'ਚ ਚਮੜੇ ਦੀ ਫੈਕਟਰੀਆਂ ਨੇ, ਇੱਦਾਂ ਦੇ 26 ਨੇ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਦਿਓ 11 ਬੰਦੇ, ਕਮਿਸ਼ਨ ਤੁਸੀਂ ਬਣਾਓ ਆਪਦਾ ਟੈਕਸਟਾਈਲ ਦਾ, 11 ਬੰਦੇ ਦਿਓ ਅਤੇ ਤੁਹਾਡਾ ਚੇਅਰਮੈਨ ਦਿਓ, ਕਿ ਕਾ ਸਾਡਾ ਚੇਅਰਮੈਨ ਹੋਊਗਾ, ਅਤੇ ਅਸੀਂ ਉਸ ਚੇਅਰਮੈਨ ਨੂੰ, ਜੋ ਵੀ ਐਡਵਾਈਜ਼ਰੀ ਬੋਰਡ ਦਾ ਕਮਿਸ਼ਨ ਦਾ ਚੇਅਰਮੈਨ ਹੋਊਗਾ, ਅਸੀਂ ਉਹਨੂੰ ਕੈਬਨਿਟ ਦਾ ਰੈਂਕ ਵੀ ਦੇਵਾਂਗੇ, ਤਾਂ ਕਿ ਉਹਨੂੰ ਉਹਦੀ ਚੱਲੇ ਅਫਸਰਾਂ ਦੇ ਵਿੱਚ ਕੋਈ ਗੱਲ ਚੇਂਜ ਕਰਾਉਣੀ ਹੈ। ਅਤੇ ਨਾਲ ਜੇ ਟੈਕਸਟਾਈਲ ਦੀ ਪ੍ਰੋਬਲਮ ਹੈ ਇਕੱਲੇ ਦੀ, ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਇਨਵੈਸਟ ਪੰਜਾਬ ਦੇ ਕਿਸੇ ਜਾਂ ਇੰਡਸਟਰੀਅਲ ਜੋ ਪੰਜਾਬ ਸਰਕਾਰ ਦੇ ਇੰਡਸਟਰੀਅਲ ਜਿਹੜੇ ਸੰਮੇਲਨ ਹੁੰਦੇ ਨੇ ਉਹਨਾਂ 'ਚ ਆ ਕੇ ਗੱਲ ਕਰਨੀ ਪਵੇ, ਉਹ ਇਕੱਲੇ ਵੀ ਆ ਸਕਦੇ ਆ, ਉਹ 2 ਬੰਦੇ ਵੀ ਭੇਜ ਸਕਦੇ, ਟੈਕਸਟਾਈਲ ਦੀ ਆਹ ਪ੍ਰੋਬਲਮ ਹੈ ਜੀ, ਤਾਂ ਇਮੀਡੀਏਟਲੀ ਹੱਲ ਕਰਾਂਗੇ। ਇਸੇ ਤਰ੍ਹਾਂ ਹੀ ਖੇਤੀ ਦਾ ਕਰਾਂਗੇ ਜੀ,
ਖੇਤੀ ਬਾਰੇ ਕੋਈ ਮਾਹਰਾਂ ਦੀ ਜਿਹੜੀ ਆ ਕਮੇਟੀ ਉਹਨੂੰ